कबूल करे। दुआ मखदूम साहिब मोहब्ब अली साईं, मोहब्ब अली साईं ते करे सन हुण सारे संजीदा हो वन्यो और ज़ियारत शुरू हो रहे। दरूद शरीफ पढ़ो। बिस्मिल्लाह हो गई है। मखदूम साहब मखवा के ऐलान करो और ज़ियारत आ रही है। दरबार जला लिया आलिया उठे कोई ना उठे दस्तार जनाब सरवर कायनात रसूल खातम नबियां दा नबी हजरत मोहम्मद मुस्तफा दी दस्तार कराओ ज़ियारत। आदन फिक्र आखो ये ओ दस्तार जड़ी हुसैन पाई आई और अली दी कसम में जले कुठे कातल दस्तार गिन गए। शबीर गरीब दी लाश ते मोमना अजा भेणु जड़ी नहीं आई। बेगैरत शाम वसदियां ने ते चल लाश ते लोटी अजो कई मुंदरी शबीर गरीब दिलाश तमना अजा फेर उजड़ी नहीं आई। बेगैरत शाम दे वसदियां ने ते चल लाश ते लोटी अजो कई मुंदरी अजो देख लुटी दी लाश फिरा दी कांड कर गई जहरा जहरा जाई। जनाब रिसालत माफ हजूर अलैह सलाम दा दस्तार मुबारक अमामा मुबारक खुश नसीब लोगो ज़ियारत करो। जनाब सरवर कायनात दी दस्तार मुबारक माई उठी ना बिल्कुल कोई ना उठे। सरवर कायनात दी अल्लाहुम्मा सल्ले अला मोहम्मद वाल मोहम्मद। ए ओ दसारे शाम चो नहीं बली जे तोनी पग नहीं मिली। सुभान सुभान अल्लाह आदि आई मेरे नाना दी पग मेरे बिरा बदी आई मैं खुडे हो साल बैठी रही है पाक दी खाते। चादर में को कतल चकर
ਸਾਈਂ ਪਿਛੋਨਾ ਸਾਈਂ ਬੜੇ ਬੰਦੇ ਚੱਲੋ ਗਰਮੀ ਥੀ ਗਈ ਹੈ ਆ ਮਾਈ ਬੈਠੀ 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 ਖੁਦਾ ਦਾ ਖੌਫ ਕਰ ਬੈਠੀ ਬੈਠੀ ਨਾ ਬੰਦੇ ਲਤਾੜ ਬੈਠੀ 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 ਤੂੰ ਬੈਠੀ ਬੰਦ ਪੜੋ ਸੇ ਬੰਦ ਪੜੋ ਪੜਦੇ ਆ ਚਾਦਰ ਚਾਦਰ ਹੈ ਤਾਤੀਰ ਮੈਂ ਆਖਾਂ ਦੱਸਾਂ ਚਾਦਰ ਹੈ ਤਤੀਰ ਜੀ ਹਾਂ ਬਿਸਮਿਲਲਾ ਇਹ ਉਹ ਚਾਦਰ ਪਈਆਂ ਦੀ ਏ ਜਿਹੜੇ ਵੇਲੇ ਲੁਟਾ ਕੇ ਫਿਰਾ ਦੀ ਲਾਸ਼ ਤੇ ਆਖੜੀ ਏ ਰੋ ਕੇ ਖੜੀਆ ਦੇ ਲੁਟਵਾ ਕੇ ਤਰਕਾ ਮਾਂ ਸਹਰਾ ਦੇ ਕਿਤੇ ਪੀਏ ਰੇਤ ਪਸੰਦ ਹੁਣ ਤਈਏ ਭੇਣੀ ਨੌਕਰ ਬਿਸਮਿਲਲਾ ਲੁਟਵਾ ਕੇ ਤਰਕਾ ਮਾਂ ਸਹਰਾ ਦੇ ਕਿਤੇ ਪੀਏ ਰੇਤ ਪਸੰਦ ਹੁਣ ਤਈਏ ਭੇਣੀ ਮਿਲਣਾ ਨੀ ਉੱਠੀ ਮਿਲ ਘਿਨ ਗੈਰਤ ਮੰਦੇ ਤੇ ਕੁਆ ਦੀਆਂ ਸਿਆਦੀ ਕੂ ਨਾ ਕਰ ਇਤਨਾ ਪਾਬੰਦ ਕੱਲ ਸੂਮ ਰੁਕਈਆ ਪੁੱਛਦੀਆ ਨੀ ਇਤੂ ਕੂਫਾ ਕਿਤਨਾ ਕਿਤਨਾ ਬੰਦ ਚਾਦਰ ਚਾਦਰ ਤਤਹੀਰ ਇਹ ਚਾਦਰ ਬਹਿਵਨ ਇਹ ਚਾਦਰ ਤਤਹੀਰ ਜਿਹੜੀ ਨੇਲੇ ਨਾਲ ਬਦਮਾਸ਼ ਜ਼ੈਨਬ ਦੇ ਸਰ ਤੋਂ ਲਹਾਈ ਏ ਜੇਲੇ ਚਾਦਰ ਲੱਥੀਏ ਫਿਰਾ ਖੁਆ ਦੀਏ ਮਦੀਨੇ ਮਰ ਗਈ ਹੋਵਾ ਚਾਦਰ ਤਤਹੀਰ ਸਾਦਾਤ ਦੀ ਸਨਤ ਚਾਦਰ ਤਤਹੀਰ ਸਾਹਮਣੇ ਇੱਕ ਦਫਾ ਵੱਲ ਲਿਖਾ ਸ਼ਾਹਜ਼ਾਦਾ ਮਜਮੇ ਕੋ ਇੱਕ ਦਫਾ ਵੱਲ ਲਿਖਾ ਜ਼ਰਾ ਈ ਪਾਸੇ ਕਰੋ ਈ ਪਾਸੇ ਸਾਰੇ ਕੋ ਲਿਖਾਓ ਇਹ ਉਹ ਚਾਦਰ ਜਿਹਦੇ ਕਿਤੇ ਜ਼ੈਨਬ ਲੋਹਦੀ ਮਰ ਗਈ ਜਿਹਦੇ ਨਾਲ ਜ਼ੈਨਬ ਮੈਂ ਮਖਦੂਮ ਸਾਹਿਬ ਸੱਚ ਪੜ੍ਹਾ ਰੱਜ ਵੀ ਏ ਆਖਰੀ ਜ਼ਰਬ ਜਲੇ ਚੱਲੀਏ ਈ ਕੁੱਤੇ ਦੇ ਪੁੱਤਰ ਨੇਜ਼ੇ ਨਾਲ ਜ਼ੈਨਬ ਦੇ ਸਿਰ ਤੋਂ ਚਾਦਰ ਲਾਈਏ ਪਿੱਛੇ ਆਦੀਏ ਮਰ ਗਈ ਹੋਵਾ ਯਾਰ ਬਚਾਏ ਪਿੱਛੋਂ ਬਚਾਏ ਮਜਮਾ ਢੇਰ ਇਤਵਾਰੀ ਔਰ ਤਨਜ਼ੀਮ ਨਾਲ ਜਨਾਬ ਸਰਵਰ ਕਾਇਨਾਤ ਦਾ ਰੁਮਾਲ ਜਿਹੜਾ ਬਾਅਦ ਸੱਟਾ ਗਿਆ ਨਜੱਲਾ ਨਬੀਆਂ ਦੇ ਸੁਲਤਾਨ ਦਾ ਰੁਮਾਲ ਭਾਈ ਜੋ ਸੱਟਾ ਗਏ ਨਹੀਂ ਜਲਿਆ ਸੁਭਾਨ ਅੱਲਾਹ ਦਰੂਦ ਪੜ੍ਹੋ ਦਰੂਦ ਪੜ੍ਹੋ ਖੁਸ਼ ਨਸੀਬ ਕੌਮ ਥੋੜਾ ਜਿਹਾ ਹਟੋ
ਖੁਸ਼ ਨਸੀ ਈ ਨਾ ਕਰ ਵਸ਼ਵਾਰਾ ਆ ਪੁੱਤਰਾ ਮਾਡਾ ਨਿਜ਼ਾਮ ਖਰਾਬ ਨਾ ਕਰ ਯਾ ਬਾਥੀ ਮੈਂ ਕੌਮ ਕੋ ਦੱਸਣੇ ਸਰਵਰ ਕਾਇਨਾਤ ਦਾ ਰੁਮਾਲ ਖੁਸ਼ ਨਸੀ ਬੋ ਦਰੂਦ ਹੀ ਪੜ੍ਹੋ ਜ਼ਿਆਰਤ ਹੀ ਕਰੋ ਹਾਂ ਹਾਂ ਜੀ ਆਪਣੇ ਮੈਂ ਕੋਈ ਸਹੀ ਰੱਖੋ ਜਨਾਬ ਸਰਵਰ ਕਾਇਨਾਤ ਦਾ ਰੁਮਾਲ ਜ਼ਿਆਰਤ ਕਰੋ ਮੁਕੱਦਰ ਆਲੇ ਹੱਥ ਲਾਵਣ ਦੀ ਕੋਸ਼ਿਸ਼ ਨਾ ਕਰੋ ਅੱਗੇ ਕਹੀ ਨਹੀਂ ਕੀਤੀ ਇਹ ਲਾਲਚ ਨਾ ਕਰੋ ਜ਼ਿਆਰਤ ਕਰੋ ਹੱਥ ਨਾ ਲਾਓ ਹਜ਼ਰਤ ਸੈਯਦ ਜਲਾਲ ਕੁਤਬੇ ਕਮਾਲ ਦੀ ਟੋਪੀ ਜਲਾਲਉਦੀਨ ਹੈਦਰ ਬੁਖਾਰੀ ਜੇਕੋ 800 ਸਾਲ ਥੀ ਗਏ ਮਦੀਨਾ ਛੋੜੇ ਉਸ ਕੋ ਆਬਾਦ ਕੀਤੇ ਇਹ ਕੁਤਬੁਲ ਅਖਤਾਬ ਦੀ ਟੋਪੀ ਦੁਨੀਆ ਦੇ ਸੱਜਾ ਦੇ ਕਿਆ ਮੁਕਾਬਲਾ ਕਰੇ ਸਨ ਉਸ ਦੇ ਸੱਜਾ ਦੇ ਨਾਲ ਕੋਈ ਕਿਆ ਮੁਕਾਬਲਾ ਕਰ ਸਕਦੇ ਸਭ ਮਾਤ ਹੱਥਨ ਮਰਕਜ਼ ਉੱਚ ਮਰਕਜ਼ ਉੱਚ ਕਿਆ ਕੋਈ ਮੁਕਾਬਲਾ ਕਰ ਸਕਦੇ ਮਦਾਰ ਸਾਹਿਬ ਜਿਵੇਂ ਉੱਚ ਤੇ ਸਜਾਦੇ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਵੇਂ ਉੱਚ ਤੇ ਸੁਲਤਾਨ ਦਾ ਵੀ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਹ ਸਭ ਸੈਯਦ ਜਲਾਲ ਦੀ ਦਿੱਤੀ ਹੋਈ ਸੁਲਤਾਨੀ ਹੈ ਕੋਈ ਪਾਕਿਸਤਾਨ ਵਿੱਚ ਡਾਕਾ ਨਹੀਂ ਮਾਰ ਸਕਦਾ ਮਰਹਬਾ ਝਾੜੂ ਮਖਦੂਮ ਜਹਾਦਾ ਮਖਦੂਮ ਜਹਾਂ ਟੋਪੀ ਆਕਾ ਹੈ ਮਖਦੂਮ ਜਹਾਨੀਆ ਜਹਾਂਗਰ ਸ਼ਹਿਨਸ਼ਾਹ ਲਜਪਾਲ ਦਿਸਤਾਰ ਜੀ ਮਖਦੂਮ ਜਹਾਨੀਆ ਦੀ ਟੋਪੀ ਜਲਾਲਉਦੀਨ ਹੁਸੈਨ ਬੁਖਾਰੀ ਮਖਦੂਮ ਜਹਾਂ ਦੀ ਟੋਪੀ ਜਿਨ੍ਹਾਂ ਦੇ ਜੱਗ ਤੇ ਸ਼ਾਹੀ ਆਈ ਸਾਦਗੀ ਦੇਖ ਗਰੀਬ ਨਵਾਜ਼ੀ ਦੇਖ ਮਖਦੂਮ ਜਹਾਂ ਦੀ ਟੋਪੀ ਤਸੱਲੀ ਨਾਲ ਜ਼ਿਆਰਤ ਕਰੋ ਕੋਈ ਗੜਬੜ ਨਾ ਕਰੋ ਔਰ ਜੇਲੇ ਜ਼ਿਆਰਤ ਸਾਹਮਣੇ ਆਵੇ ਦੁਆ ਮੰਗੋ ਅੱਲਾ ਸਭ ਦਾ ਆਰਜ਼ੂਆਂ ਪੂਰਾ ਕਰੇ ਆਕਾ ਮਖਦੂਮ ਜਹਾਨੀਆ ਜਹਾਂਗਰ ਸ਼ਹਿਨਸ਼ਾਹ ਲਜਪਾਲ ਨੇ ਆਪਣੇ ਨਾਨਾ ਮੁਹੰਮਦ ਮੁਸਤਫਾ ਦੇ ਰੋਜ਼ੇ ਤੇ 36 ਸਾਲ ਜਾਰੂ ਕਸ਼ੀ ਕੀਤੀ ਤੇ ਆਪ ਆਪਣੇ ਨਾਨਾ ਦੇ ਇਤਨਾ ਪਰਸਤਾਰ ਹਨ ਕਿ ਆਪਣੀ ਰੀਸ਼ ਮੁਬਾਰਕ ਨਾਲ ਆਪਣੇ ਨਾਨਾ ਦੇ ਰੋਜ਼ੇ ਤੇ ਝਾੜੂ ਦੇਣੇ ਹਨ ਜੀ ਝਾੜੂ ਨਾਲ ਝਾੜੂ ਕਸ਼ੀ ਕੀਤੀ ਝਾੜੂ ਮੁਸੀਦਾ ਹੋਇਆ ਸਰਕਾਰ ਨਾਲ ਖੇਨਾ ਹੈ ਤੁਸਾਂ ਸਭ ਕੋ ਝਾੜੂ ਦੀ ਜ਼ਿਆਰਤ ਹੋ ਸੀ ਸੁਭਾਨ ਅੱਲਾ ਝਾੜੂ ਦੇਵਣਾ ਸਰਵਰ ਕਾਇਨਾਤ ਰੋਜ਼ੇ ਤੇ ਮਖਦੂਮ ਜਹਾਨੀਆ ਦਾ ਕਮਾ
اور ایک انعام دیتا رسول مخدوم جہاں کو داڑی چمکیا دن انتا ابنی حقن یقیناً تو میرا پوتر ہے سرکار مخدوم جہاں دا جھاڑو جڑا رسول دے روضے تے 36 سال سرکار دیتے جزاک اللہ بھائی کیا بات ہے کیا بات ہے مدینہ تو سادات دے سجادہ نشین دی کیا بات ہے عزت کرنا رسول اللہ دی طرفوں واجب ہے آقا اے مخدوم میں جانیا جہاں گا سرکار دی براغن آپ سرکار جی ولے ورد الہیج مصروف ہوں میں نا تو آپ اپنا متھا ہوں براغن دے رکھے رہا تو ولا ورد الہیج مصروف تھی میں نا تو سا سب کو سرکار دی ہوں براغن دی زیارت کروئے گئے بواز بلند سلوات براغن 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 مخدوم جہاں جہاں گاشت دی جڑی فقر دی نشانی براغن مخدوم جہاں دی براغڑ جو فقر دا سیر ہے سرکار مخدوم جہاں دی براغڑ تسلی نال زیارت کرو مت گھبراؤ جی میں بیٹھے ہو شاباش مرحبا جزاک اللہ ذرا کو ہٹی بابا میں کو بننا پوند مفہوم صاحب ہلو اے سپیکر ٹھیک ہے او منافق سپیکر ہا او منافق سپیکر ہا ہن میرے کولو سپیکر آئے حضور ہن زیارت تھیسی قرآن امام حسن علیہ السلام امام حسن علیہ السلام دے حدہ لکھا ہوا ہے کلمی قرآن شریف انہاں موجزہ ہے کہ موٹے لفظیں چ ایتل کرسی بریک لفظیں چ پہلا رکوع پہلی سطر قرآن دی شروع موجزہ امام حسن علیہ السلام ہے کہ موٹے لفظیں چ ایتل کرسی بھی مکمل ختم بریک لفظیں چ الحمد گھنتے والناس تک قرآن ہی مکمل ختم قرآن کریم ایک کائنات چ موجزہ ہے او خوش نصیبو کائنات چ موجزہ ہے سر دے وال نال لکھیا گئے ایت الکرسی بھی ختم قرآن بھی ختم اے بطول دے چند دا موجزہ ہو سکدے غیر دا نہیں جناب مخدوم جہاں دا قرآن سر دے وال نال لکھیا ہویا امام حسن دا رومال سر دے وال نال لکھیا ہویا آیت الکرسی وچ قرآن ختم ایک وعدن امام
مڑے امام دا معجزاتی شاہکار قرآن اوچ سید جلال دے سجاد کن شاباش مرحبا عظیم معجزہ ہاتھ کوئی نہ لاوے ہاتھ کوئی نہ لاوے اللہم صلی علی محمد و آل محمد امام حسن علیہ السلام دا لکھا ہویا قرآن پاک زیارت کر کے دیوے بواز بلند تر صلوات صلی اللہ علیہ محمد کالی کملی مبارک ہوا ہے سرور کائنات دی کالی کملی سرکار دا کالی کملی آدھن جبے کو سرور کائنات دی کالی کملی بڑے مقدر والے لوگوں جنہیں کو تبرکات دی زیارت نصیب ہے سرور کائنات حضور اکرم دی کالی کملی جڑے آدھن شیعہ کالا لباس پہنن آتک رسول دی کالی کملی دی زیارت کراؤں وال چکر نہ چلاوی ماتمی لباس پامنا حرام آنیک نبی دی کالی کملی آدیک روکن آلا آدیک سرور کائنات دی کالی کملی حضور دی کالی کملی مرحبا مرحبا جزاک اللہ پسینہ پونجی بواز بلند تر صلوات حضرت یونس علیہ السلام کو جری مچھلی نے پیر پہ چگلیا حکم الہی نال ہوں مچھلی دے کنڈے دی تسبیح خضر علیہ السلام نے تیار کی تھی جری بات توڑے نظرانہ لال شہباز سیوانی کی بارگاہ وچ پیش کی تھی لال شہباز سیوانی نے منبع جود و سخا مطلع انوار حق کاشف رمز نہانی مورد اسرار حق منبع جود و سخا سداد گر کلندر گر آقا سرخ پہ شیر شاہ سید جلال سرکار دی بارگاہ وچ پیش کی تھی وہ تسبیح دی زیارت ہو سی تسبیح جڑی یونس علیہ السلام دے کنڈے دی بڑی ہوئی ہے نسلن بعد نسلن چل دی ہوئی سید جلال کنے آئی آج اوچے چامن والے دی خوش نصیبی او تسبیح دی زیارت کر سبحان اللہ یونس علیہ السلام دی مچھلی دے کنڈے دی بنی ہوئی تسبیح سادات کو وراثت وچ ملی زیارت کر مومنا زیارت کر جزاک اللہ مرحبا
कंठा आका सुल्तान सैदी आमद कबीर आका मखदूमे जहानिया जहांगीर सरकार दे वालिद ते आका सुरपुर शेरशाह सैयद जलाल सरकार दे बेटे जिन्हें दा कड़ा अज तक भी हशरातुल अर्ज जिन्नात नांग बठुए कैंसर मल्ले पुराने मल्ले सब ते सरकार दा कड़ा चल दे सुल्तान सैदी आमद कबीर हर बात बलान उचीर सरकार दे कंठे दी इजारत करवाने पे बवाजे बुलंद सलवार सुल्तान सैदी अहमद कबीर दी तस्बीह जदा हर बलात कदम हुन भी कोई बैठे बीमार आसे बजदा त खैर होस सरकार दी ए तस्बीह सुभान अल्लाह व बिहमदही सुभान अल्लाह व बिहमदही सज्जादगी दा लुत्फ आ गया सादाती दी सनद कायम हो गई ए मेरे साईयां दा एहसान है जंदा हर बला ते कदम है सुल्तान सैदी अहमद कबीर दी बिस्मिल्लाह बवाज़े बुलंद तर सलावत मौला तमाम शिया सुनियों को अपनी हमजा मानी रखे हम ज्यादा ताबू करवे सूडू प्याले आका सुरखपुर शेरशाह सैयद जलाल दे आम सरकार जी ले हुजरे ज बने ना तारू सरकार दे जो मुरीदान खड़े होए ना परेशान थी वेना के असा तो सरकार को अंदर हुजरे ज कलावे में बैठे ते नूची आवाज की थवा नहीं पई है ते आम सरकार ने अपने मलफूज से लिखिया जीवे मैं जिक्र करेगा उवे मेरा जरा पानी पीवन वाला प्याला उवे ओ जिक्र करेंगे लकड़ी वाला हुन ओ दो प्याला दी ताकू ज़ियारत करवाए वैसी बवाजे बुलंद सलवा सुरखपुर सैयद जलाल ने खावणा ले दो प्याले जो सरवर कायनात दे दरबार चो हासिल था है खाना जो खावे ना ते विरद खुदा कर रहा पिया लई विरद करे सुभान अल्लाह सुभान अल्लाह व बिहमदही सुभान अल्लाह सुभान अल्लाह मैं को बचाओ भाईया حضرت فضلالدین لال نے ہتھ لکھا ہوا ہے کلمہ قران شریف حضرت فضلالدین لال نے ہتھ لکھا ہوا ہے قران کریم فضلالدین لال سرکار دے ہتھ دا لکھا ہوا قران کریم الحمد تو ورناس تک مقدر علی زیارت کرو جناب فضلالدین لال سرکار دے ہاتھ دا لکھیا ہویا قران اللہم صلی محمد و آل محمد یا علی فضل الدین لاڈڑا سرکار دے ہاتھ دا لکھیا ہویا قران پاک سبحان اللہ و بحمدہی سبحان اللہ و بحمدہی فضل الدین لاڈڑا سرکار دے ہتھ دا لکھیا ہویا قرآن پاک اللہم صلی علی محمد و آل محمد
آکے مخدوم جہانیاں جہاں کا شہنشاہ لجپال نے اپنے نانا محمد مصطفیٰ دے روزے تے چھتری حج پیدل کیتے تے سرکار نے اتھے ہی بیٹھ کے خط کوفی اچ قرآن لکھیا آکے سرور کائنات دو عالم نے مہور نبوت لائی تے آپ سرکار نے نماز رات بھی عنایت کیتے تے تصدیق بھی کیتی کہ تسا میری صحیح آل اولاد ہو غیبت بصرہ ونجو اٹھا تا کو پہلے موسیٰ نبی مل سن جڑے پانچ پا خرما عطا کرے سن ہن کو بعد تہاڈے دادا آقا امام مہدی آخر الزمان صاحب عمر مل سن جڑے چند نماز رات تبرکات تا کو دے سن جڑی نسل کو امانت ہو سی ہن تو کو سرکار دے ہوں قرآن مجید دی زیارت کرے نے پے بواز بلند صلوات سرکار مخدوم بیانی دے ہتھ دا لکھیا ہویا نانے دے روضے تے قرآن پاک این زیارت دی میں کو بڑی انتظار ہے جناب مخدوم جہان مدینے نانے دے روضے تے اے قرآن پاک لکھے خط کوفی خط کوفی قرآن پاک مخدوم جہاں نانے دے روضے تے لکھا اللہم صلی حضرت مخدوم جہاں خط کوفی نانے دے روضے تے قرآن پاک لکھے الحمد تو والناس تک جہاں دے ہتھ دا لکھیا ہویا قرآن پاک خط کوفی اچ روضہ رسول تے لکھیا ذرا سامنے دکھاؤ سونا ذرا سامنے دکھاؤ ہاں بھائی غور نال زیارت کرو اللہم صلی علی محمد ماتم کرن دا توکے امام سجاد علیہ السلام بواز بلند تر صلوات مولا امام سجاد علیہ السلام نے توک دا ٹکڑا خضر علیہ السلام کو ملیا حکم الہی نال زنجیر تیار کیتے جیرے بعد دور نظرانہ لال شہباز سیوانی دی بارگاہ وچ پیش کیتے لال شہباز سیوانی نے منبع جود و سخا آقا سرخ پوش شیر شاہ سید جلال سرکار دی بارگاہ وچ پیش کیتے توکے امام سجاد علیہ السلام مخدوم زادہ میں ایک تشریح کرے نا اے ایڈا سخت تاو کہا تے زنجیر رہا تریوی سال سجاد جیندہ رہے خون نہیں گیا گھر جو آوے ہاں
پاک رکھیا کیوں رات رونے آئی نسل مکا کے ملان پھرا کوں جسرب دی شہزادی بہت دیر تھوڑی حیران رہی ڈٹھی دھوپ تیلا بھرا ارسا موت ماریاں کن وجنا ساگو دس جاتی نہا دی پوروی چون کوئی ڈس دی آئی مستور ٹرن دینا او زنجیر جڑا مخدوم جہاں دے نسل ماتم کیتے ماتم تو روکڑا لا دیکھ شہنشاہ کائنات دا ماتمی زنجیر سبحان اللہ حسن دی ایک امام حسین دی سم سام تے کم کام دو تلوارا بطول دی جوڑی دیا جڑیا رسول دیتا زیارت کرو زیارت کرو دو تلوارا امام حسن و حسین دیا امام حسن و حسین دا دو تلوارا بطول دی جوڑی جا علی دے بچڑے جا دو تلوارا اے مقدر تیدا رجبی پوری ہو گئی اے حسنین دا تلوارا حسنین دا تلوارا سم سام کم کام حسن و حسین دا تلوارا جزاک اللہ مرحبا قیامت خیز لٹ کر بلا دی گڑھڑی جڑی بل آئی ماں دی قبر تے رکھی آدھی اماں لٹ ہوئے تبرکات مجھو دیکھ یزید حرامی آدھا زینب ایہا ہے لٹ کر بلا والی جڑا والا واپس ملی ترمنجا چترا ماما 120 مزدوراں چو 12 بیبیاں جوان گن گئی آئی سہی بنائی ہے بھرا دی جاگی تمن دے اوکھڑیے جڑا جبر کے اٹھ بلا پردادار رہا بی بی ڈکا جیا وین کی تے بی بی آدیا ساٹھا حلان و دینار تجا بیر کی دیویر منے جاگیر اجو ہی جاگیر نورانی میں چی دیتا آدھ حصہ ہم شیرے والی آنکھ جا بیر سردار اپنے کو پئی پوچھ دی ہے دلگیر جتا پہ کے شاعر چ بھیڑی آویت نہیں ہٹ کے دے بسم اللہ الرحمن الرحیم